ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ 'ਤੇ ਤੁਹਾਡਾ ਸਭ ਦਾ ਵਵੇ ਤੋਂ ਦੁਬਾਰਾ ਤੋਂ ਵੈਲਕਮ ਹੈ ਅਤੇ ਹੋਪ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ। ਤਰੀਕ ਹੈ 1 ਜਨਵਰੀ, ਟਾਈਮ ਹੋਇਆ, ਘੜੀ ਮੇਰੀ ਬੰਦ ਹੋ ਗਈ ਹੈ, ਟਾਈਮ ਹੋਇਆ ਜੀ 10:35। ਅਸੀਂ ਪਹੁੰਚ ਚੁੱਕੇ ਹਾਂ ਆਪਣੀ ਕਰਮ ਭੂਮੀ 'ਤੇ, ਬਚਪਨ ਕਲੈਕਸ਼ਨ ਬਾਜ਼ਾਰ ਸ਼ੇਖਾਂ ਜਲੰਧਰ। ਤੁਹਾਨੂੰ ਮੇਰੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਹੋਣਾ, ਕਿਉਂਕਿ ਕੱਲ੍ਹ ਜਿੱਦਾਂ ਤੁਸੀਂ ਵਲੋਗ 'ਚ ਦੇਖਿਆ ਵੀ ਰੈਂਟਸ ਬਾਈ ਸੀ, ਸਵੇਰੇ ਸਾਨੂੰ ਕੋਈ ਅਪਰੋਕਸੀਮੇਟਲੀ 7:30 ਅਸੀਂ ਸੌਂਦੇ ਹਾਂ, ਠੀਕ ਹੈ। ਪਰ ਕੰਮ ਕਾਰ ਜ਼ਰੂਰੀ ਹੈ, ਸਾਲ ਦਾ ਪਹਿਲਾ ਦਿਨ ਹੈ, ਲੇਟ ਵੀ ਨਹੀਂ ਹੋ ਸਕਦੇ ਸੀ, ਇਸ ਕਰਕੇ ਫਿਰ ਅਸੀਂ ਉੱਠੇ ਅਤੇ ਉੱਦਾਂ ਹੀ ਆ ਗਏ ਵੀ ਦੁਬਾਰਾ ਜਾ ਕੇ ਨਹਾ ਕੇ ਤਿਆਰ ਹੋ ਜਾਵਾਂਗੇ, ਬਟ ਕੰਮ ਜ਼ਰੂਰੀ ਹੈ। ਇਸ ਕਰਕੇ ਤੁਹਾਨੂੰ ਸਭ ਨੂੰ ਦੁਬਾਰਾ ਤੋਂ ਇੱਕ ਵਾਰੀ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ। ਬਿੰਦੂ ਆਂਟੀ, ਨਵੇਂ ਸਾਲ ਦੀ ਵਧਾਈ ਦਿਓ ਸਾਰਿਆਂ ਨੂੰ, ਕਈ ਸਭ ਤੁਸੀਂ ਵੀ ਦੇ ਦਿਓ। ਮੁੰਡੇ ਸਾਡੇ ਆਏ ਨਹੀਂ ਦੁਕਾਨ 'ਤੇ, 3-4 ਬੰਦੇ ਆ, ਤੁਹਾਨੂੰ ਪਤਾ ਨਵਾਂ ਸਾਲ ਫਿਰ ਸਾਰੇ ਜਣੇ ਰਾਤੀ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ, ਪਰ ਚਲੋ ਜੀ ਅਸੀਂ ਤਾਂ ਕੰਮ ਕਰਨਾ ਨਾ, ਇਸ ਕਰਕੇ ਸਾਰਾ ਦਿਨ ਵਲੋਗ ਨਾਲ ਜੁੜੇ ਰਹੋ। ਤੁਸੀਂ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ, ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ, ਠੀਕ ਹੈ ਜੀ। ਦੇਖਦੇ ਹਾਂ ਅੱਜ ਸਾਰੇ ਦਿਨ ਫਸਟ ਡੇ ਆਫ 2024 ਦੇ ਵਿੱਚ ਕੀ ਕੁਛ ਹੁੰਦਾ ਸਾਡੇ ਨਾਲ। ਹਾਲ ਤਾਂ ਸਭ ਤੋਂ ਪਹਿਲੇ ਤਾਂ ਆਪਾਂ ਆਪਣੇ ਨਾਲ ਇਹੀ ਧੱਕਾ ਹੋਇਆ ਵੀ ਇਹ ਬਿਨਾਂ ਤਿਆਰ ਹੋਏ ਆਏ ਹਾਂ। ਚਲੋ ਕੋਈ ਨਹੀਂ, ਹਾਂ ਵੀ ਬੜੇ ਮੀਆਂ, ਹੈਪੀ ਨਿਊ ਈਅਰ ਕਹਿੰਦੇ ਸਾਰਿਆਂ ਨੂੰ, ਓਏ ਹੋਏ। ਇਸ ਕਰਕੇ ਸਾਰੇ ਜਣੇ ਵਲੋਗ ਨਾਲ ਜੁੜੇ ਰਹੋ, ਬਸ ਦੇਖਦੇ ਹਾਂ ਅੱਜ ਕੀ ਹੁੰਦਾ ਪਹਿਲੇ ਦਿਨ ਦੇ ਵਿੱਚ। ਹੋਰ ਫਿਰ ਰਾਜ ਭਾਈ, ਇੰਨੀ ਠੰਡ 'ਚ ਪੂਰੇ ਕੱਪੜੇ ਪਾ ਕੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹੋ ਸਾਰਿਆਂ ਨੂੰ, ਤੁਸੀਂ ਫੋਨ ਕੀਤਾ ਨਾ ਚੁੱਕਿਆ ਨੀ? ਉਹ ਜਾਣ ਦਿਓ ਦਵਿੰਦਰ ਜੀ, ਜਾਣ ਦਿਓ ਯਾਰ, ਮੈਂ ਉਹ ਰਾਜ ਭਾਈ 4 ਵਜੇ ਤਾਂ ਜਾਗਦੇ ਪਈ ਕੱਲ ਤੇ, ਓਹੋ 1:30 ਵਜੇ, ਤੁਸੀਂ 6 ਵਜੇ ਮਿਲਦਾ ਫਿਰ ਉੱਠ ਗਏ ਸੀ ਦੁਬਾਰਾ। ਰਾਜ ਭਾਜੀ ਵੀ ਨਾ ਸਾਡੇ ਵੈਸੇ ਇਸ਼ਕ ਚੀਜ਼ ਹੈ, ਇਹ ਪਤਾ ਨੀ ਸੌਂਦੇ ਕਦੋਂ ਹੈ, ਬਸ ਇਹ ਬਹੁਤ ਤਾਂ ਦੀ ਚੀਜ਼ ਹੈ, ਬਹੁਤ ਤਾਂ ਦੀ। ਓਏ ਹੋਏ 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 ਹੋਏ, ਹਾਂ ਤੁਹਾਨੂੰ ਕਈ ਦਾ ਪਤਾ ਨੀ ਦੁਨੀਆਂ ਕਿੱਥੇ ਵੱਸਦੀ, ਹਾਂ ਰਾਜ ਭਾਈ ਨੂੰ ਪਤਾ ਸਾਰਾ, ਹਾਂ ਓ ਹੋ ਵਾਹ, ਇਹਨਾਂ ਤੋਂ ਤਾਂ ਸਾਰਾ ਦਿਨ ਇਹ ਕੁਛ ਹੀ ਚੱਲਦਾ ਰਹਿੰਦਾ, ਇਹ ਕੁਛ ਹੀ ਕਰਦੇ ਆ ਬਸ। ਫਿਰ ਪ੍ਰੀਤਮ ਜੀ ਵਧਾਈਆਂ ਨਵੇਂ ਸਾਲ ਦੀਆਂ, ਕਿਆ ਬਾਤ ਹੈ ਕਿਆ ਬਾਤ ਹੈ, ਅੱਜ ਓ ਮੂੰਹ ਮਿੱਠਾ ਕਰਾ ਦਿੰਦੇ ਪ੍ਰੀਤਮ ਜੀ, ਦੱਸੋ ਫਿਰ ਕੀ ਆ ਕਰਾ ਦਿੰਦੇ ਮੂੰਹ, ਕੀ ਖਾਣਾ ਦੱਸ ਦਿਓ ਫਿਰ, ਕੀ ਮੰਗਾਈਏ, ਕਲਾਕੰਦ ਮੰਗਾਈਏ, ਗੁਲਾਬ ਜਾਮੁਨ ਮੰਗਾਈਏ, ਦੱਸੋ। ਓ ਕਲਾਕੰਦ ਮੰਗਾ ਦੇਵਾਂਗੇ ਪ੍ਰੀਤਮ ਜੀ, ਓਏ ਹੋਏ ਹੋਏ ਹੋਏ, ਪ੍ਰੀਤਮ ਜੀ ਸਾਡੇ ਐਂਡ ਚੀਜ਼ ਨੇ, ਮਿਠਾ ਕਰਨਾ ਅੱਜ ਫਿਰ, ਹਾਂ ਚੱਲ ਜੀ ਉਹ ਮਿਠਾ ਕਰਾ ਦੇ, ਮੂੰਹ ਮੂੰਹ ਚੁੱਕ ਕੇ ਲਿਆਇਆ ਲਾਡੀ, ਕੋਈ ਚੱਕਰ ਨਹੀਂ, ਲਾਡੀ ਕਹਿੰਦਾ ਮੈਂ ਵਿਹਲਾ ਬੈਠਾ ਆ, ਮੈਂ ਕਹਿੰਦਾ ਪੈਸੇ ਵਟੂ, ਓਏ ਹੋਏ ਹੋਏ, ਓਲਾ ਲਾਡੀ ਆ ਗਿਆ, ਲਾਡੀ ਪ੍ਰੀਤਮ ਜੀ ਯਾਦ ਕਰਦੇ ਆ ਤੈਨੂੰ, ਓਹੋ ਆ ਗਿਆ ਜੀ, ਪਰਸੋਂ ਕਾਰ ਲੱਗਿਆ ਕਿ ਨਹੀਂ ਲੱਗਾ, ਕਹੋ ਇਹਨੂੰ ਕੋ ਜਵਾਬ ਦੇ ਹੁਣ, ਹਾਂ ਪ੍ਰੀਤਮ ਜੀ ਤੇਰੇ ਵਾਸਤੇ ਠੰਡ 'ਚ ਬਹਿ ਕੇ ਮਿਹਨਤ ਕਰਦੇ ਆ, ਤੂੰ ਅਗਲਿਆਂ ਨੂੰ ਗੱਲਾਂ ਕਰਦਾ, ਸਹੀ ਗੱਲ ਹੈ ਸਹੀ ਗੱਲ, ਰੌਣਕ ਮੇਲਾ ਤਾਂ ਸਿੱਧਾ ਹੀ ਚੱਲਦਾ ਰਹਿੰਦਾ ਸਾਰਾ ਦਿਨ ਦੁਕਾਨ 'ਤੇ। ਓ ਲਾਡੀ ਜੀ ਤੁਹਾਨੂੰ ਵੀ ਮੁਬਾਰਕਾਂ ਜੀ, ਓਏ ਓਏ ਓਏ, ਮੰਮੀ ਹੈਪੀ ਨਿਊ ਈਅਰ, ਆਪਾਂ ਅੱਧੀ ਛੁੱਟੀ ਲੈ ਕੇ ਆ ਗਏ ਦੁਕਾਨ ਤੋਂ ਵਾਪਸ, ਮੈਂ ਕਿਹਾ ਮਾੜੀ ਸ਼ਕਲ ਸੂਰਜ ਸਵਾਰ ਲਈਏ, ਓਹੋ ਜਾ ਰਹੇ ਜਾ ਰਹੇ ਮੰਮੀ ਜਾ ਰਹੇ ਹਾਂ, ਤੁਸੀਂ ਉਹ ਆਇਓ ਇੱਕ ਹਾਜ਼ਰੀ ਭੁਗਤਾ ਆਇਓ, ਦੂਜੀ ਵਾਸਤੇ ਤਿਆਰ,
ਮੰਮਾ ਦਾ ਸਕੈਜੂਲ ਇੰਨਾ ਬਿਜ਼ੀ ਹੈ ਵੀ ਸਾਨੂੰ ਪੁੱਛਣਾ ਪੈਂਦਾ ਵੀ ਸਾਨੂੰ ਘਰ ਕਦੋਂ ਮਿਲੋਗੇ। ਅੱਜ ਵੀ ਮੈਂ ਆਉਣ ਤੋਂ ਪਹਿਲੇ ਫੋਨ ਕਰਕੇ ਆਇਆ ਵੀ ਹੈਗੇ ਉਹ ਘਰ, ਆ ਜੇ ਦਾਸ, ਆ ਜੇ ਪਿੰਡੇ ਇਸ਼ਨਾਨ ਕਰ ਲਏ। ਕਹਿੰਦੇ ਹਾਂਜੀ ਹਾਂਜੀ ਆ ਜਾਓ ਆ ਜਾਓ, ਮੇਰੇ ਜਾਣ ਤੋਂ ਪਹਿਲੇ ਪਹਿਲੇ ਆ ਜਾਓ। ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਟ੍ਰਾਂਜੀਸ਼ਨ ਤੋਂ ਬਾਅਦ। ਹੈਪੀ ਨਿਊ ਈਅਰ। ਨਿਊ ਈਅਰ ਵਾਲੇ ਦਿਨ ਤਿਆਰ ਹੁੰਦਾ ਨਾ ਆਪਣਾ ਹੀ ਨਜ਼ਾਰਾ, ਠੀਕ ਹੈ ਜੀ। ਆਹ ਦੇਖੋ ਸਵੈਟ ਸ਼ਰਟ, ਥੱਲੇ ਹਾਈ ਨੈਕ, ਫਿਰ ਜੀਨਸ, ਅਤੇ ਆਹ ਦੇਖੋ ਏਅਰਫੋਰਸ। ਇਹ ਥੈਂਕ ਯੂ ਟੂ ਮਾਈ ਭਰਾ ਐਂਡ ਭਰਜਾਈ, ਉਹਨਾਂ ਨੇ ਭੇਜੇ ਸੀ ਇਹ। ਬਹੁਤ ਬਹੁਤ ਤੁਹਾਡਾ ਧੰਨਵਾਦ, ਠੀਕ ਹੈ ਜੀ। ਹੁਣ ਅਸੀਂ ਹੋ ਗਏ ਹਾਂ ਤਿਆਰ ਅਤੇ ਹੁਣ ਅਸੀਂ ਚੱਲੇ ਹਾਂ ਦੁਕਾਨ 'ਤੇ। ਦੁਕਾਨ ਤੋਂ ਬਾਅਦ ਅਸੀਂ ਜਾਣਾ, ਅੱਜ ਸਾਡਾ ਫਰੈਂਡਸ ਦਾ ਨਿਊ ਈਅਰ ਦਾ ਗੈਟ ਟੂਗੈਦਰ ਵੀ ਹੈਗਾ। ਚਲੋ ਚਲੀਏ, ਮਾਤਾ ਜੀ ਨੇ ਥੱਲੇ ਬਣਾਈ ਹੈ ਗਰਮਾ ਗਰਮ ਚਾਹ, ਫਿਰ ਆਪਾਂ ਜਾ ਕੇ ਚਾਹ ਪੀਂਦੇ ਹਾਂ। ਇੱਕ ਤਾਂ ਸਾਨੂੰ ਚਾਹ ਪਸੰਦ ਹੈ, ਦੂਜਾ ਤੇਰਾ ਨਾਂ ਪਸੰਦ ਹੈ, ਤੀਜਾ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ, ਚੌਥਾ ਤੇਰਾ ਗੱਲਾਂ ਗੱਲਾਂ ਵਿੱਚ ਹੱਸ ਕੇ ਕਹਿਣਾ ਜੀ ਪਸੰਦ ਹੈ। ਮੰਮੀ ਵੇਅਰ ਇਜ਼ ਦਾ ਚਾਹ? ਹਾਂ, ਮੰਮਾ ਦਾ ਕਹਿਣ ਦਾ ਮਤਲਬ ਹੈ ਚਾਹ ਪੀਓ ਅਤੇ ਜਾਓ, ਮੇਰੇ ਘਰ ਵਾਲੇ ਵੀ ਭੇਜੋ, ਅਸੀਂ ਜਾਣਾ ਘੁੰਮ ਘੁੰਮ ਕਰਾਂ। ਮੰਮਾ ਤੁਸੀਂ ਮੈਨੂੰ ਪਹਿਲੇ ਸਾਲ ਦੇ ਪਹਿਲੇ ਦਿਨ ਹੀ ਘਰ ਇਕੱਲੇ ਛੱਡ ਕੇ ਚਲ ਜਾਓਗੇ ਮੈਨੂੰ? ਤੈਨੂੰ ਮਤਲਬ ਮੈਂ ਹਾਮੀ ਭਰੀ ਸੀ, ਤੈਨੂੰ ਮੈਂ ਹਾਮੀ ਭਰੀ ਸੀ ਵੀ ਤੂੰ ਆਏ ਇੱਕ ਦੋ ਚੀਜ਼ਾਂ ਵਾਸਤੇ, ਇਹਦੇ ਵਾਸਤੇ ਨਹੀਂ ਵੀ ਆਇਆ ਤਾਂ ਜੋ ਮਰਜ਼ੀ ਲੈ ਜਾਓ। ਆਪਣੀ ਦੁਕਾਨ ਹੈ, ਆਪਣੀ ਦੁਕਾਨ ਹੈ ਮਤਲਬ ਖਿਲਰ ਚੋ ਬਿਲਕੁਲ ਲੰਮੇ ਪੈ ਜਾਓ, ਬਿਲਕੁਲ ਜਾ ਥੱਲੇ ਭਾਈ ਪੀਸ ਰੱਖ ਲਓ ਦੇਣੇ ਉਹਨੇ ਕੋਈ। ਨਿਊ ਈਅਰ ਦੀ ਖੁਸ਼ੀ ਦੇ ਵਿੱਚ ਚਾਫ ਨੂੰ ਟਿੱਕੀ ਪਾਰਟੀ ਦਿੱਤੀ ਜਾ ਰਹੀ ਹੈ। ਹਾਂਜੀ ਸੈੱਟ ਹੈ ਪ੍ਰੀਤਮ ਜੀ, ਕਿੱਦਾਂ ਫਿਰ? ਓਏ ਹੋਏ ਸਦਕੇ ਜਾਣਾ, ਤੇਰੇ ਵਾਲਾਂ ਦਾ ਸਟਾਈਲ ਬਹੁਤ ਸੋਹਣਾ ਤੇਰਾ, ਬਾਕੀ ਗੱਲਾਂ ਦੀ ਗੱਲਾਂ। ਪ੍ਰੀਤਮ ਜੀ ਠੀਕ ਹੈ? ਇੱਧਰ ਵੇਖ ਕੇ ਤਾਂ ਕਹੋ ਫਿਰ, ਠੀਕ ਹੈ? ਹਾਂ ਵੀ ਛੋਟੇ ਮੀਆਂ ਠੀਕ ਹੈ ਫਿਰ? ਚਲੋ ਖਾਓ ਖਾਓ ਖਾਓ, ਤੁਸੀਂ ਨਹੀਂ ਖਾਣੀ ਮਾਜੇ ਸਾਹਿਬ, ਆਪਣੇ ਯਾਰ ਨੂੰ ਵੀ ਲੈ ਜਾਓ। ਤੈਨੂੰ ਮੇਰਾ ਘਰ ਨੀ ਪਤਾ ਲੱਗਦਾ, ਜਦੋਂ ਮੈਂ ਸਮਾਗਮ ਤੇ ਬੁਲਾਉਣਾ ਹੁੰਦਾ, ਜਦੋਂ ਮੈਂ ਸਮਾਗਮ ਤੇ ਬੁਲਾਉਣਾ ਹੁੰਦਾ ਉਦੋਂ ਆਏਗਾ ਤੇ ਫੇਰ ਪਤਾ ਲੱਗੇਗਾ ਤੈਨੂੰ। ਹਾਂ ਚਲੋ ਜੀ, ਹੁਣ ਅਸੀਂ ਕੰਮਾਂ ਕਰਨ ਤੋਂ ਫ੍ਰੀ ਹੋ ਕੇ ਅਸੀਂ ਚੱਲੇ ਹਾਂ ਪਾਰਟੀ ਦੇ ਡੈਸਟੀਨੇਸ਼ਨ ਤੇ। ਸਾਡੇ ਨਾਲ ਸੰਗਤ ਕਰ ਰਹੇ ਨੇ ਭਾਈ ਸਾਹਿਬ ਭਾਈ ਤਰਨਜੋਤ ਸਿੰਘ ਜੀ, ਬਾਕੀ ਸੰਗਤਾਂ ਆਪਣੇ ਆਪਣੇ ਟਿਕਾਣੇ ਤੋਂ ਉੱਥੇ ਪਹੁੰਚ ਰਹੀਆਂ ਨੇ। ਭਾਈ ਸਾਹਿਬ ਕਹਿ ਰਿਹਾ ਵੀ ਅੱਜ ਇੱਕ ਤਰੀਕ ਹੈ, ਪਰ ਮੇਰਾ ਮੂਡ ਨਾ ਇੱਕ ਤਰੀਕ ਵਾਂਗੂ ਬਹੁਤਾ ਉਹ ਨਹੀਂ ਹੈ, ਕੀ ਕਹਿੰਦੇ ਐਕਸਾਈਟਿਡ ਨਹੀਂ ਹੈ। ਤੁਸੀਂ ਦੱਸੋ ਕੀ ਰੀਜ਼ਨ ਹੋ ਸਕਦਾ ਇਹਦਾ? ਏ ਕਿਸੇ ਦਾ ਚੱਕਰ, ਬੀ ਕਿਸੇ ਦਾ ਚੱਕਰ, ਜਾਂ ਸੀ ਬੜਿਆਂ ਦਾ ਚੱਕਰ? ਭਾਈ ਸਾਹਿਬ ਤੁਹਾਡੇ ਐਕਸਪ੍ਰੈਸ਼ਨ ਬੜਾ ਕੁਛ ਕਹਿ ਰਹੇ ਨੇ, ਕੀ ਇਹ ਸੱਚ ਹੈ? ਇੱਦਾਂ ਦਾ ਕੋਈ ਚੱਕਰ ਨਹੀਂ ਭਾਈ ਸਾਹਿਬ ਕਹਿ ਰਹੇ, ਤੁਸੀਂ ਕਮੈਂਟਾਂ 'ਚ ਦੱਸੋ ਵੀ ਕੀ ਚੱਕਰ ਹੋ ਸਕਦਾ ਹੈ। ਹੁਣ ਦੇਰ ਆਪਾਂ ਚੱਲਦੇ ਹਾਂ, ਰਸਤਾ ਆਪਣਾ ਤੈਅ ਕਰਦੇ ਹਾਂ, ਕਿਉਂਕਿ ਆਲਰੇਡੀ 9:30 ਹੋ ਚੁੱਕੇ ਨੇ, ਅਸੀਂ ਆਪਣੇ ਸਕੈਡਿਊਲ ਟਾਈਮ ਤੋਂ ਥੋੜ੍ਹਾ ਜਿਹਾ ਲੇਟ ਚੱਲ ਰਹੇ ਹਾਂ। ਚਲੋ ਕੋਈ ਨਹੀਂ, ਇਹ ਸਾਡੇ ਹੋਸਟ ਨੇ, ਰਸਤਾ ਇਹਨਾਂ ਨੂੰ ਪਤਾ ਨਹੀਂ ਹੈ, ਪਾਰਟੀ ਇਹਨਾਂ ਨੇ ਦੇਣੀ ਹੈ। ਰਸਤਾ ਤਾਂ ਪਤਾ ਨਹੀਂ, ਤੂੰ ਗੱਡੀ ਇੰਨੀ ਤੇਜ਼ ਚਲਾ ਰਹੀ ਹੈ, ਦਿਖਾ ਰਹੀ ਹੈ ਵੀ ਮੈਨੂੰ ਗੱਡੀ ਚਲਾਉਣੀ ਆਉਂਦੀ ਹੈ। ਓਕੇ ਚਲੋ ਫਿਰ, ਹਰੀ ਬੱਤੀ ਹੋ ਗਈ ਹੈ, ਅਸੀਂ ਆਪਣੀ ਫਾਈਨਲ ਡੈਸਟੀਨੇਸ਼ਨ 'ਤੇ ਪਹੁੰਚ ਗਏ ਹਾਂ। ਐਜ਼ ਯੂਜੁਅਲ ਗ੍ਰਿਲ ਫੇਅਰ ਬਾਰਬੀਕਿਊ ਐਂਡ ਬੈਂਕੁਇਟ, ਇਹ ਸਾਡੇ ਬੰਦੇ ਨੇ। ਇਹ ਭਾਈ ਸਾਹਿਬ ਦੀ ਫਲਾਈਟ ਵੀ ਕੈਨੇਡਾ ਤੋਂ ਉਤਰੀ ਹੈ, ਇਹ ਭੈਣ ਜੀ ਦੀ ਭੈਣ ਦੀ ਫਲਾਈਟ ਉੱਤੀ ਹੈ ਯੂ ਐੱਸ ਏ ਤੋਂ। ਬੰਦੇ ਸਾਡੇ ਕੋਲ ਇੰਟਰਨੈਸ਼ਨਲ ਨੇ ਸਾਰੇ, ਓਹੋ ਅਤੇ ਉਹ ਦਾ ਕਿਊਟੈਸਟ ਆਫ ਦਾ ਕਿਊਟ ਕਪਲ, ਓਹੋ ਗੁਰਅੰਮ੍ਰਿਤ ਕਪਲ, ਓ ਵਾਓ ਸੋ ਠੰਡ ਸੋ ਠੰਡ, ਉਹਦੇ ਮੋਟੀ ਦੇ ਕੱਪੜੇ ਤਾਂ ਐਂ ਪਾਏ ਜਿੱਦਾਂ ਪਤਾ ਨਹੀਂ, ਆਹ ਗਲੇ 'ਚ ਕੀ ਪਾਇਆ ਹੀ ਨਹੀਂ, 9 ਲੱਖ ਹਾਰ ਦਿੱਤਾ ਸਾਰਿਆਂ ਨੇ, ਓ ਵਾਓ ਮਿੱਠੂ।
ਵਾਲੇਕੁਮ ਅਸਲਾਮ ਦੇਖਦੇ ਜੜੀ ਜਗ੍ਹਾ ਜਾਂਦੇ ਨੇ ਨਾ ਕ੍ਰਿਸਪੀ ਕੌਨ ਦਾ ਵਕਤ ਹੀ ਪਾ ਦਿੰਦੇ ਬੰਦੇ ਨੂੰ ਚਲੋ ਗਾਇਰ ਚਲੋ ਮੋਏ ਮੋਏ ਮਿੱਠੂ ਤੂੰ ਕੀ ਸਬਜ਼ੀ ਹੈ ਨੀ ਅੱਜ ਇੱਥੇ ਸਾਰੇ ਜਣੇ ਬਾਹਰ ਆ ਗਏ ਅੰਦਰ ਕੌਣ ਹੈ ਉਹ ਤੂੰ ਵੀ ਆ ਗਈ ਲਾਲ ਅੱਖਾਂ ਵਾਲੀ ਕਿਹੜੀਆਂ ਓ ਅੱਛਾ ਇਟਸ ਪਿੰਕ ਓ ਐਮ ਜੀ ਹਾਂਜੀ ਬਾਬਾ ਜੀ ਬਾਬੀ ਆਨੰਦੋ ਆਨੰਦ ਦਾ ਕੰਮ ਓ ਹੋ ਚੱਕੀ ਆਲ ਇਜ਼ ਵੈਲ ਆਲ ਇਜ਼ ਵੈਲ ਲੱਤ ਮਾਰਦੇ ਰਸਮਲਾਈ ਲਿਆਓ ਰਸਮਲਾਈ ਲਿਆਓ ਬਾਬਾ ਜੀ ਰੁਕੋ ਉਹ ਦੌੜ ਗਿਆ ਸੀ ਓਏ ਜੱਗੀ ਦੌੜ ਗਿਆ ਰਸਮਲਾਈ ਲਿਆ ਇੱਕ ਸ਼ੋਟ ਹੋਰ ਇੱਕ ਸ਼ੋਟ ਹੋਰ ਚੱਲ ਚੱਲ ਮਿੱਠੂ ਮਿੱਠੂ ਚੱਲ ਮਿੱਠੂ ਚੱਲ ਮਿੱਠੂ ਆਪਣੇ ਹੱਥੀ ਏ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਮਿੱਠਾ ਖਾ ਲਿਆ ਪੀਲੋ 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 ਪਾਲੋ ਪਹਿਲੀ ਵਾਰੀ ਪੀਤੀ ਪਹਿਲੀ ਵਾਰੀ ਪੀਤੀ ਪਹਿਲੀ ਹਾਂ ਬਲੌਗ ਤਰਨਜੋਤ ਕੌਰ ਤੂੰ ਯੂਐਸਏ ਰਹਿੰਦੀ ਆ ਯੂਐਸਏ ਅਮਰੂਦ ਨਹੀਂ ਮਿਲਦਾ ਇੱਥੇ ਆ ਕੇ ਤੈਨੂੰ ਇੰਨਾ ਸ਼ੌਂਕ ਚੜਿਆ ਇਸ ਕੁੜੀ ਨੇ ਨਾ ਰੋਟੀ ਨਹੀਂ ਖਾਧੀ ਕਹਿੰਦੀ ਅਮਰੂਦ ਹੀ ਖਾਣਾ ਅਮਰੂਦ ਹੀ ਖਾਣਾ ਸਾਡੇ ਇੱਥੇ ਰੇੜੀਆਂ ਤੇ ਬਹੁਤ ਹੈਗਾ ਜੀ ਫੋਰ ਗੁਆਵਾ ਗੁਆਵਾ ਸਾਡੇ ਇੱਥੇ ਰੇੜੀਆਂ ਤੇ ਬਹੁਤ ਹੈ ਗੱਲ ਕਰ ਟੈਚੀ ਪਾ ਦਿੰਦੇ ਤਿੰਨ ਚਾਰ ਕਿਲੋ ਨਾਲ ਬਿਹਾਈਂਡ ਦ ਸੀਨਸ ਕਿੱਦਾਂ ਸੀ ਜੀ ਨਵਜੋਤ ਨੇ ਦਿੱਤੀ ਬਾੜੀ ਤੇ ਬੜੇ ਨਜ਼ਾਰੇ ਹੋਏ ਮੋਏ ਮੋਏ So that was all about the first day of 2024. Hope hai tonu sab nu vlog pasand aaya hoyega. Svere dukaan te oh leke jaan tak shaam di party tak. Idda hi channel nu pyar dende raho. Jinna ne channel nu subscribe nahi kita subscribe kar lo. Chote chote updates waste thalle Instagram te Snapchat likhya aa reha. Utthe ja ke follow kar lo. Idda hi jald milde ha tonu hor kise vlog de vich. Odo tak goodbye, good night, take care, shabba khair. Bye.